ਭਾਰਤ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 4 ਤੋਂ 5 ਦਿਨਾਂ ਦੌਰਾਨ ਉੱਤਰ ਪੱਛਮੀ ਅਤੇ ਪੂਰਬੀ ਭਾਰਤ ਵਿੱਚ ਭਾਰੀ ਵਰਖਾ ਦੀ ਸੰਭਾਵਨਾ ਹੈ। ਮੀਂਹ ਪੈਣ ਕਾਰਨ ਜਿੱਥੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ, ਉੱਥੇ ਹੀ ਝੋਨੇ ਦੀ ਫਸਲ ਲਈ ਇਹ ਬਾਰਿਸ਼ ਲਾਭਦਾਇਕ ਸਾਬਤ ਹੋਵੇਗੀ। ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, SAS ਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਔਰੰਜ ਅਲਰਟ ਜਾਰੀ ਕੀਤਾ ਗਿਆ, ਜਦਕਿ ਬਾਕੀ ਸੂਬਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਹੈ। ਪਰ ਸਥਿਤੀ ਆਮ ਵਾਂਗ ਰਹੇਗੀ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ 5 ਤੋਂ 11 ਜੁਲਾਈ ਤੱਕ ਰੋਜ਼ਾਨਾ 5 ਤੋਂ 10 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ, ਲੁਧਿਆਣਾ, ਮੋਹਾਲੀ, ਫਤਿਹਗੜ੍ਹ ਸਾਹਿਬ, ਖਰੜ, ਅਬੋਹਰ ਅਤੇ ਮਾਨਸਾ ਦੇ ਨਾਲ ਲੱਗਦੇ ਕੁੱਝ ਇਲਾਕਿਆਂ ਵਿੱਚ ਰੋਜ਼ਾਨਾ 10 ਤੋਂ 15 ਮਿਲੀਮੀਟਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਮੌਸਮ ਵਿਭਾਗ ਨੇ 5 ਤੋਂ 6 ਜੁਲਾਈ ਨੂੰ ਯੈਲੋ ਅਲਰਟ ਵੀ ਜਾਰੀ ਕੀਤਾ ਅਤੇ ਉਸ ਤੋਂ ਬਾਅਦ ਸਥਿਤੀ ਆਮ ਵਾਂਗ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜ਼ਿਕਰ ਇਹ ਖਾਸ ਹੈ ਕਿ ਵੀਰਵਾਰ ਨੂੰ ਸੰਗਰੂਰ, ਮਾਨਸਾ, ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਈ। ਸੰਗਰੂਰ ਵਿੱਚ ਸਭ ਤੋਂ ਵੱਧ 48.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਬਿਊਰੋ ਰਿਪੋਰਟ, ABP ਸਾਂਝਾ। ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਮੌਨਸੂਨ ਨੇ ਇੱਕ ਵਾਰੀ ਫੇਰ ਦਸਤਕ ਦਿੱਤੀ ਹੈਗੀ ਆ। ਸੋ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਇੱਕ ਵਾਰੀ ਫੇਰ ਬਹੁਤ ਦੇਰ ਬਾਅਦ ਜਿਹੜਾ ਹੈਗਾ ਮੀਂਹ ਪੈਣ ਦੇ ਨਾਲ, ਬਰਸਾਤ ਪੈਣ ਦੇ ਨਾਲ, ਮੌਨਸੂਨ ਦੀ ਬਰਸਾਤ ਪੈਣ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਆ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈਗੀ ਆ। ਸੋ ਉਹਦੇ ਨਾਲ ਨਾਲ ਗੱਲ ਕੀਤੀ ਜਾਵੇ, ਪਾਰਾ ਜਿਹੜਾ ਹੈਗਾ ਤਪਦੀ ਗਰਮੀ ਤੋਂ ਜਿਹੜਾ ਹੈਗਾ ਰਾਹਤ ਮਿਲੀ ਹੈ, ਪਾਰਾ ਥੋੜ੍ਹਾ ਜਿਹਾ ਜ਼ਰੂਰ ਨੀਵਾਂ ਆਇਆ, ਜਿਹਦੇ ਕਰਕੇ ਲੋਕਾਂ ਨੂੰ ਜਿਹੜੀ ਹੈਗੀ ਆ ਬਹੁਤ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈਗੀ ਹੈ। ਦੂਸਰੇ ਪਾਸੇ ਗੱਲ ਕੀਤੀ ਜਾਵੇ ਨਗਰ ਨਿਗਮ ਦੀ, ਨਗਰ ਨਿਗਮ ਪ੍ਰਸ਼ਾਸਨ ਦੀ ਇਸ ਮੌਨਸੂਨ ਦੀ ਬਰਸਾਤ ਨੇ, ਪਹਿਲੀ ਬਰਸਾਤ ਨੇ ਪੋਲ ਖੋਲ੍ਹ ਕੇ ਰੱਖਤੀ ਹੈ। ਕਈ ਨੀਵੀਆਂ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ, ਪਾਣੀ ਭਰਨ ਦੇ ਕਾਰਨ ਰਾਹਗੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਲ ਕੀਤੀ ਜਾਵੇ ਬੀ ਟੈਂਕ ਏਰੀਆ, ਕਿਤਾਬਾਂ ਵਾਲਾ ਬਾਜ਼ਾਰ, ਅਰਨਾ ਬਰਨਾ ਚੌਂਕ, ਨਾਰਦਾਨਾ ਚੌਂਕ, ਤ੍ਰਿਪੜੀ ਏਰੀਆ, ਤ੍ਰਿਪੜੀ ਦੇ ਨਾਲ ਲੱਗਦਾ ਦਸ਼ਮੇਸ਼ ਏਰੀਆ, ਮਾਡਲ ਟਾਊਨ, ਪੋਰਸ਼ ਏਰੀਏ ਦੀ ਗੱਲ ਕੀਤੀ ਜਾਵੇ, ਉੱਥੇ ਵੀ ਜਿਹੜਾ ਹੈਗਾ ਮੀਂਹ ਪੈਣ ਦੇ ਨਾਲ ਖਾਸਾ ਪਾਣੀ ਖੜ੍ਹਾ ਹੈਗਾ, ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਸੋ ਮੌਨਸੂਨ ਦੀ ਗੱਲ ਕੀਤੀ ਜਾਵੇ, ਮੌਨਸੂਨ ਤੋਂ ਪਹਿਲਾਂ ਤਿਆਰੀਆਂ ਕਰਨੀਆਂ ਹੁੰਦੀਆਂ ਪ੍ਰਸ਼ਾਸਨ ਵੱਲੋਂ, ਬੜੀ ਨਦੀ ਦੇ ਵਿੱਚ ਵੀ ਬੁੱਟੀ ਆਉਣ ਕਰਕੇ ਜਿਹੜਾ ਹੈਗਾ ਹਜੇ ਤੱਕ ਉਹ ਬੁੱਟੀ ਨਾ ਸਾਫ਼ ਹੋਣ ਕਰਕੇ ਲੋਕਾਂ ਨੇ ਆਪਣਾ ਸਮਾਨ ਹੈ ਛੱਤਾਂ 'ਤੇ ਚੜ੍ਹਾ ਲਿਆ ਸੀਗਾ, ਕਿਉਂਕਿ ਲੋਕਾਂ ਨੂੰ ਖਾਸਾ ਸੀਗਾ ਜਿਸ ਤਰ੍ਹਾਂ ਕਿ ਪਿਛਲੇ ਸਾਲ ਹੜ੍ਹ ਆਏ ਸੀਗੇ, ਕਿਤੇ ਇਸ ਵਾਰੀ ਮੌਨਸੂਨ ਦੇ ਵਿੱਚ ਹੜ੍ਹ ਨਾ ਆ ਜਾਣ। ਲੋਕਾਂ ਨੇ ਪਹਿਲਾਂ ਹੀ ਜਿਹੜਾ ਬੰਦੋਬਸਤ ਕਰ ਲਏ ਨੇ, ਪਰ ਕਿਤੇ ਨਾ ਕਿਤੇ ਨਗਰ ਨਿਗਮ ਦੀ ਪੋਲ ਖੁੱਲ੍ਹਦੀ ਜ਼ਰੂਰ ਨਜ਼ਰ ਆ ਰਹੀ ਹੈ। ਨਾਲੀਆਂ ਉਸੇ ਤਰ੍ਹਾਂ ਚੌਕਡ ਪਈਆਂ ਨੇ। ਸੀਵਰੇਜ ਦੀ ਗੱਲ ਕਰ ਲਈ ਜਾਵੇ, ਸੀਵਰੇਜ ਸਾਰਾ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਬਹੁਤ ਬੁਰਾ ਹਾਲ ਦੇਖਣ ਨੂੰ ਮਿਲ ਰਿਹਾ ਹੈਗਾ। ਕੰਪਲੇਂਟਾਂ ਕਰਾਉਣ ਤੋਂ ਬਾਵਜੂਦ ਵੀ ਜਿਹੜਾ ਸੀਵਰੇਜ ਦੀ ਸਫਾਈ ਨਹੀਂ ਹੋਈ, ਪਰ ਇੱਕ ਪਾਸੇ ਇਹ ਤਾਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਨੇ, ਦੂਸਰੇ ਪਾਸੇ ਗਰਮੀ ਤੋਂ ਰਾਹਤ ਇਸ ਮੌਨਸੂਨ ਦੀ ਬਰਸਾਤ ਦੇ ਕਾਰਨ, ਮੌਨਸੂਨ ਤੋਂ ਜ਼ਰੂਰ ਲੋਕਾਂ ਨੂੰ ਨਿਜ਼ਾਤ ਮਿਲਦੀ ਹੋਈ ਨਜ਼ਰ ਆ ਰਹੀ ਹੈਗੀ ਆ, ਕਿਉਂਕਿ ਗਰਮੀ ਬਹੁਤ ਜ਼ਿਆਦਾ ਇਸ ਵਾਰੀ ਰਿਕਾਰਡ ਤੋੜ ਗਰਮੀ ਪਈ ਹੈ। ਔਰ ਮੌਸਮ ਵਿਭਾਗ ਦੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ, ਕਈ ਜਗ੍ਹਾ 'ਤੇ ਤੇਜ਼ ਹਵਾਵਾਂ ਦੇ ਨਾਲ ਔਰ ਝੱਖੜ ਵਾਲੀ ਮੀਂਹ ਵੀ ਪੈ ਸਕਦਾ ਹੈਗਾ। ਸੋ ਆਪਣਾ ਬਚਾਅ ਵੀ ਤੁਸੀਂ ਕਰਦੇ ਰਹੋ। ਹੋਰ ਵੀ ਅਪਡੇਟ ਦੇ ਲਈ ਬਣੇ ਰਹੋ। ਪਟਿਆਲਾ ਤੋਂ ਭਾਰਤ ਭੂਸ਼ਣ ਦੀ ਵਿਸ਼ੇਸ਼ ਰਿਪੋਰਟ।